ਸੰਗਰੂਰ ਦੇ ਸਨਾਮ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਅਮਨ ਅਰੋੜਾ ਦੇ ਪਿਤਾ ਦੀ ਯਾਦ ਦੇ ਵਿੱਚ ਰੱਖੇ ਗਏ ਸਮਾਗਮ ਦੇ ਵਿੱਚ ਭਾਗ ਲੈਣ ਲਈ ਆਮ ਆਦਮੀ ਪਾਰਟੀ ਦੇ ਕਈ ਵੱਡੇ ਨੇਤਾ ਅਤੇ ਵਿਧਾਇਕ ਪਹੁੰਚੇ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਮੋਦੀ ਸਰਕਾਰ ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਵੱਡੇ ਉਦਯੋਗਿਕ ਘਰਾਣਿਆਂ ਦੇ ਦਬਾਅ ਦੇ ਵਿੱਚ ਕੰਮ ਕਰ ਰਹੀ ਹੈ। ਪਹਿਲਾਂ ਰਾਤੋ ਰਾਤ ਨੋਟਬੰਦੀ ਦਾ ਫੈਸਲਾ ਲੈ ਲਿਆ, ਜਿਸ ਦੇ ਚਲਦੇ ਦੇਸ਼ ਦੇ ਲੋਕ ਲਾਈਨਾਂ ਦੇ ਵਿੱਚ ਲੱਗ ਗਏ ਅਤੇ ਜਿੱਥੇ ਕਈਆਂ ਦੀਆਂ ਜਾਨਾਂ ਵੀ ਚਲੀਆਂ ਗਈਆਂ, ਅਤੇ ਹੁਣ GST ਨੂੰ ਅੱਧੀ ਰਾਤ ਨੂੰ ਲਾਗੂ ਕਰ ਦਿੱਤਾ, ਜਿਸ ਦੇ ਲਈ ਨਾ ਤਾਂ ਤੰਤਰ ਤਿਆਰ ਹੈ ਅਤੇ ਨਾ ਸੌਫਟਵੇਅਰ ਤਿਆਰ ਹੈ, ਨਾ ਫਾਰਮ ਤਿਆਰ ਹੈ, ਨਾ ਵਪਾਰੀ ਤਿਆਰ ਹੈ ਅਤੇ ਨਾ ਹੀ ਸਰਕਾਰ ਇਹ ਮੰਨਣ ਨੂੰ ਤਿਆਰ ਹੈ ਕਿ ਕੋਈ ਇਸ ਦੇ ਲਈ ਤਿਆਰ ਵੀ ਹੈ ਜਾਂ ਨਹੀਂ। ਦੇਸ਼ ਦੇ ਕੱਪੜਾ ਵਪਾਰੀ ਹੜਤਾਲ ਕਰ ਰਹੇ ਨੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਦਾ ਸੰਸਦ ਦੇ ਵਿੱਚ ਵਿਰੋਧ ਕਰੇਗੀ। ਦੇਖੋ ਇਹ ਤੁਹਾਡਾ ਹਾਈਪੋਥੈਟੀਕਲ ਸਵਾਲ ਹੈ, 6 ਫੋਰ ਜਸਟਿਸ ਉਹ ਕੀ ਕਰ ਰਹੇ ਨੇ ਕੀ ਨਹੀਂ ਕਰ ਰਹੇ, ਬੋਰਡ ਕੀ ਲਗਾ ਰਹੇ ਨਹੀਂ ਲਗਾ ਰਹੇ। ਆਮ ਆਦਮੀ ਪਾਰਟੀ ਇੱਕ ਸੈਕੂਲਰ ਪਾਰਟੀ ਹੈ ਔਰ ਆਮ ਆਦਮੀ ਪਾਰਟੀ ਹਿੰਦੁਸਤਾਨ ਦੀ ਦੇਸ਼ ਦੀ ਪ੍ਰਭੂਤਾ ਅਤੇ ਅਖੰਡਤਾ ਦੀ ਰਾਖੀ ਦੇ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਪੰਜਾਬ ਹੈ ਜਿਹੜਾ ਉਹ ਮੁਲਕ ਦਾ ਦੇਸ਼ ਦਾ ਅਭਿੰਨ ਅੰਗ ਹੈ, ਮੁਲਕ ਨੇ ਨੂੰ ਸਾਰੇ ਮੁਲਕ ਨੂੰ ਪੰਜਾਬ ਨੇ ਬਹੁਤ ਲੰਮਾ ਸਮਾਂ ਪੇਟ ਭਰਿਆ। ਸੋ ਮੈਂ ਸਮਝਦਾ ਕਿ ਇਹ ਉਹਨਾਂ ਦੀ ਆਪਦੀ ਸੋਚ ਹੋ ਸਕਦੀ ਹੈ, ਪਰ ਆਮ ਆਦਮੀ ਪਾਰਟੀ ਦੇਸ਼ ਦੀ ਅਖੰਡਤਾ ਦੇ ਲਈ ਹਮੇਸ਼ਾ ਤਿਆਰ ਖੜੀ ਹੈ। ਪਰਮਜੀਤ ਸਰਨਾ ਵੱਲੋਂ ਕਿਹਾ ਜਾਂਦਾ ਵੀ ਅਕਾਲੀ ਦਲ ਹੈ, ਅਕਾਲ ਤਖ਼ਤ ਨੂੰ ਉਹ ਆਪਣੇ ਲਈ ਅਕਾਲੀ ਵਿਰੋਧੀ ਨੂੰ ਦਬਾਉਣ ਦੇ ਲਈ ਵਿਰੋਧੀ ਪਾਰਟੀਆਂ ਲਈ ਯੂਜ਼ ਕਰਦੀ ਹੈ ਅਕਾਲ ਤਖ਼ਤ। ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਜੀ, ਪਿਛਲੇ ਲੰਮੇ ਸਮੇਂ ਤੋਂ, ਜਦਕਿ ਹੋਣਾ ਤਾਂ ਇਹ ਚਾਹੀਦਾ ਕਿ ਹਰੇਕ ਧਾਰਮਿਕ ਗ੍ਰੰਥ ਤੋਂ, ਹਰੇਕ ਧਰਮ ਤੋਂ, ਹਰੇਕ ਮੰਦਰ ਗੁਰਦੁਆਰਾ ਸਾਹਿਬ ਤੋਂ ਜਿਹੜੀ ਲੋਕਾਂ ਨੂੰ ਅਤੇ ਰਾਜਨੀਤਿਕ ਪਾਰਟੀਆਂ ਨੂੰ ਸੇਧ ਲੈ ਕੇ ਚੱਲਣਾ ਚਾਹੀਦਾ ਤਾਂ ਕਿ ਉਹ ਲੋਕਾਂ ਦਾ ਜੀਵਨ ਹੈ ਜਿਹੜਾ ਬਿਹਤਰ ਬਣਾ ਸਕਣ। ਪਰ ਬਦਕਿਸਮਤੀ ਦੇ ਨਾਲ ਜਿਹੜੇ SGPC ਹੈ ਉਹ ਇਹਨਾਂ ਦਾ ਇੱਕ ਤਰੀਕੇ ਦੇ ਨਾਲ ਇਹਨਾਂ ਦੀ ਰਬੜ ਸਟੈਂਪ ਬਣ ਕੇ ਰਹਿ ਗਈ ਅਕਾਲੀ ਦਲ ਦੀ ਔਰ ਬਾਦਲ ਪਰਿਵਾਰ ਦੀ, ਜਿਹਦੀ ਵਜ੍ਹਾ ਕਰਕੇ ਅੱਜ ਥਾਂ ਥਾਂ 'ਤੇ ਪੰਜਾਬ ਦੇ ਵਿੱਚ ਸਿੱਖੀ ਦਾ ਨੁਕਸਾਨ ਹੋ ਰਿਹਾ, ਘਾਣ ਹੋ ਰਿਹਾ। ਸੋ ਮੈਂ ਸਮਝਦਾ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਹੈਗੀ। ਆਧੀ ਰਾਤ ਕੋ GST ਲਾਗੂ ਕਰ ਦੀ ਗਈ, ਦੇਸ਼ ਮੇਂ ਇੱਕ ਐਸਾ ਕਾਨੂੰਨ ਲਾਇਆ ਗਿਆ ਜਿਸ ਕੇ ਲੀਏ ਨਾ ਤੋ ਤੰਤਰ ਤਿਆਰ ਹੈ, ਨਾ ਸੌਫਟਵੇਅਰ ਤਿਆਰ ਹੈ, ਨਾ ਫਾਰਮ ਤਿਆਰ ਹੈ, ਨਾ ਵਪਾਰੀ ਤਿਆਰ ਹੈ, ਔਰ ਨਾ ਹੀ ਸਰਕਾਰ ਇਹ ਮੰਨਣੇ ਕੋ ਤਿਆਰ ਹੈ ਕਿ ਕੋਈ ਤਿਆਰ ਹੈ ਜਾਂ ਨਹੀਂ। ਐਸਾ GST ਕਾ ਕਾਨੂੰਨ ਹੈ, ਕੰਪਲੀਕੇਸ਼ਨਸ ਕਿਤਨੀ ਹੈ, ਕਿਤਨੀ ਚੀਜ਼ੋਂ ਕੋ ਉਸਮੇਂ ਡਾਲ ਲਿਆ ਗਿਆ। ਕੱਪੜਾ ਕੇ ਵਪਾਰੀ ਪੂਰੇ ਦੇਸ਼ ਮੇਂ ਹੜਤਾਲ ਕਰ ਰਹੇ ਹੈ। ਤੋ ਆਮ ਆਦਮੀ ਪਾਰਟੀ ਕੀ ਤਰਫ ਸੇ ਮੌਨਸੂਨ ਕੇ ਸੈਸ਼ਨ ਮੇਂ ਹਮ ਯੇ ਮੁੱਦਾ ਪ੍ਰੋਫੈਸਰ ਸਾਧੂ ਸਿੰਘ ਜੀ ਹਮ ਸਰ ਆਪਣੀ ਪਾਰਟੀ ਕੀ ਤਰਫ ਸੇ ਜ਼ੋਰ ਸ਼ੋਰ ਸੇ ਉਠਾਏਂਗੇ ਕਿ ਇਸਕੋ ਕਲੀਅਰ ਤੋ ਕਰੋ ਨਾ, ਹਰ ਬਾਤ ਸੇ ਮੁਕਰ ਰਹੀ ਹੈ ਮੋਦੀ ਗੌਰਮੈਂਟ। ਉਹ ਸਵਾਮੀਨਾਥਨ ਕੀ ਰਿਪੋਰਟ ਲਾਗੂ ਕਰਨੇ ਸੇ ਮੁਕਰ ਗਈ, ਜਿਸਮੇਂ ਪ੍ਰਾਈਮ ਮਿਨਿਸਟਰ ਸਾਹਿਬ ਆਪਣੀ ਚੁਣਾਵੀ ਰੈਲੀਓ ਮੇਂ ਹਰ ਭਾਸ਼ਣ ਮੇਂ ਕਹਿਤੇ ਰਹੇ ਸਵਾਮੀਨਾਥਨ ਕੀ ਰਿਪੋਰਟ ਲਾਗੂ ਕਰੇਂਗੇ। ਅਬ ਸੁਪਰੀਮ ਕੋਰਟ ਮੇਂ ਐਫੀਡੈਵਿਟ ਦੇ ਦਿਆ ਜੀ, ਨਹੀਂ ਦੇ ਸਕਤੇ, ਨਹੀਂ ਨਹੀਂ ਲਾਗੂ ਕਰ ਸਕਤੇ। ਤੋ ਕਾਲੇ ਧਨ ਕੇ ਮਾਮਲੇ ਮੇਂ ਮੁਕਰ ਗਏ, ਹਰ ਵਾਦਾ ਜੁਮਲਾ ਹੈ ਇਨਕਾ। ਤੋ ਇਸ ਬਾਤ ਕਾ ਵਿਰੋਧ ਕਰੇਂਗੇ, ਪਾਰਲੀਮੈਂਟ ਮੇਂ ਆਮ ਲੋਕਾਂ ਕੀ ਆਵਾਜ਼ ਕੋ ਉਠਾਏਂਗੇ। ਪੰਜਾਬ ਮੇਂ 90 ਕਿਸਾਨੋਂ ਕੀ ਆਤਮਹੱਤਿਆ ਕਰ ਚੁੱਕੇ ਹੈ ਇਸਕੇ। ਦੇਖੋ ਪੰਜਾਬ ਮੇਂ ਵੀ ਵਹੀ ਹਾਲ ਹੈ, ਪਗੜੀਓ ਕੇ ਰੰਗ ਬਦਲ ਗਏ, ਲੂਟਨੇ ਕੇ ਢੰਗ ਨਹੀਂ ਬਦਲੇ, ਵਹੀ ਮਾਫੀਆ ਚੱਲ ਰਿਹਾ ਹੈ। ਪਹਿਲੇ ਅਕਾਲੀ ਆਗੇ ਹੋਤੇ ਥੇ, ਕਾਂਗਰਸੀ ਪੀਛੇ ਰਹਤੇ ਥੇ, ਅਬ ਕਾਂਗਰਸ ਵਾਲੇ ਆਗੇ ਹੋ ਗਏ, ਅਕਾਲੀ ਪੀਛੇ ਹੈ। ਕੇਬਲ ਮਾਫੀਆ, ਲੈਂਡ ਮਾਫੀਆ, ਸੈਂਡ ਮਾਫੀਆ, ਇਹ ਕਿਸਾਨੋਂ ਕੀ ਆਤਮਹੱਤਿਆ ਹੈ,
ਬਿਲਕੁਲ ਵੈਸੀ ਦੂਸਰੀ ਤਰ੍ਹਾਂ ਜਾਰੀ ਹੈ। ਕਾਂਗਰਸ ਸਰਕਾਰ ਨੂੰ 100 ਦਿਨ ਪੂਰੇ ਹੋ ਗਏ ਜੀ। ਕਰਜੇ ਕਿਸਾਨ ਨਾ ਤੋ ਹਮਾਰੇ ਸਰਕਾਰ ਪੰਜਾਬ ਕੀ ਕਹਿ ਰਹੀ ਹੈ ਕਿ ਹਮਾਰੇ ਪਾਸ ਪਤਾ ਹੀ ਨਹੀਂ, ਹਮੇ ਪਤਾ ਹੀ ਨਹੀਂ ਕਿ ਮਜ਼ਦੂਰੋਂ ਖੇਤ ਮਜ਼ਦੂਰੋਂ ਪਰ ਕਿਤਨਾ ਕਰਜ਼ਾ ਹੈ। ਔਰ 1500 ਕਰੋੜ ਕੇ ਕਰਜ਼ੇ ਕੋ ਮਾਫ਼ ਕੀਆ, ਜਬਕਿ 70,000-80,000 ਕਰੋੜ ਸੇ ਕੇ ਆਸ ਪਾਸ ਕਿਸਾਨੋਂ ਪਰ ਕਰਜ਼ਾ ਹੈ। ਊਠ ਕੇ ਮੂੰਹ ਮੇਂ ਜੀਰਾ ਵਾਲੀ ਬਾਤ ਹੈ। ਔਰ ਵੋ ਵੀ ਉਸਨੇ ਵੀ ਕੰਡੀਸ਼ਨ ਐਸੀ ਲਗਾ ਰੱਖੀ ਹੈ, ਫਸਲੀ ਕਰਜ਼ਾ ਹੋਣਾ ਚਾਹੀਏ, ਕੋਆਪਰੇਟ ਬੈਂਕ ਕਾ ਕਰਜ਼ਾ ਹੋਣਾ ਚਾਹੀਏ। ਤੋ ਇਹ ਸਿਰਫ ਲੋਲੀਪੋਪ ਦੀਆ ਹੈ, ਇਸੀ ਲਈ ਕਿਸਾਨ ਆਤਮ ਹੱਤਿਆ ਨਿਰੰਤਰ ਜਾਰੀ ਹੈ। ਸੌ ਦਿਨ ਪੂਰੇ ਹੋਏ ਜੀ। 100 ਦਿਨ ਦੇ ਵਿੱਚ ਤੁਸੀਂ ਦੇਖ ਲਓ ਕੀ ਕੀਤਾ ਇਹਨਾਂ ਨੇ, ਵਾਅਦੇ ਕੀਤੇ ਸੀਗੇ ਸ੍ਰੀ ਗੁਰੂ ਗੁਟਕਾ ਸਾਹਿਬ ਜੀ ਦੀਆਂ ਸੌਹਾਂ ਖਾ ਕੇ ਕਿ ਅਸੀਂ 4 ਹਫ਼ਤਿਆਂ 'ਚ ਨਸ਼ੇ ਬੰਦ ਕਰ ਦਾਂਗੇ। ਨਿਰੰਤਰ ਜਾਰੀ ਹੈ ਕੰਮ ਉਹੀ। ਇਹਨਾਂ ਨੇ ਕਿਹਾ ਸੀਗਾ 2500 ਰੁਪਇਆ ਬੁਢਾਪਾ ਪੈਨਸ਼ਨ ਦੇਵਾਂਗੇ, ਸਿਰਫ 250 ਰੁਪਇਆ ਵਧਾਈ ਹੈ, ਉਹ ਵੀ ਹਜੇ ਮਿਲੀ ਨਹੀਂ। ਇਹਨਾਂ ਨੇ ਕਿਹਾ ਸੀ ਹਰ ਘਰ 'ਚ ਨੌਕਰੀ, ਉਹ ਫਿਰ ਬੇਰੁਜ਼ਗਾਰ ਜਿਹੜੇ ਪਾਣੀ ਦੀਆਂ ਟੈਂਕੀਆਂ 'ਤੇ ਚੜੇ ਬੈਠੇ ਨੇ। ਇਹਨਾਂ ਨੇ ਕਿਹਾ ਸੀ ਜਿੰਨੇ ਚਿਰ ਨੌਕਰੀ ਨਹੀਂ ਮਿਲਦੀ ਬੇਰੁਜ਼ਗਾਰੀ ਭੱਤਾ ਦੇਵਾਂਗੇ 2000 ਰੁਪਇਆ, ਉਹਦੀ ਕੋਈ ਵਾਹੀਤਾ ਹੀ ਨਹੀਂ। ਸੋ ਬਲਕਿ ਟਰੱਕ ਯੂਨੀਅਨ ਫੇਲ ਕਰਤੀਆਂ, ਉਹ ਕੈਂਸਲ ਕਰਤੀਆਂ ਟਰੱਕ ਯੂਨੀਅਨ ਦੀ ਮਾਨਤਾ ਰੱਦ ਕਰਕੇ, ਅਤੇ ਉਹਦੇ ਨਾਲ ਪਤਾ ਨਹੀਂ ਹੁਣ ਛੋਟੇ, ਮੈਨੂੰ ਲੱਗਦਾ ਬਾਦਲ ਜਿਹੜੇ ਸੀਗੇ ਉਹ ਬੱਸਾਂ ਵਾਲੇ ਟਰਾਂਸਪੋਰਟ ਮਾਫੀ 'ਤੇ ਕਾਬਜ ਹੋ ਗਏ ਸ਼ਾਇਦ ਕੈਪਟਨ ਸਾਹਿਬ ਵਾਸਤੇ, ਉਹਨਾਂ ਨੇ ਟਰੱਕ ਛੱਡਤੇ ਹੋਣੇ, ਵੀ ਟਰੱਕ ਪਾ ਲਓ ਵੱਡੇ ਤੁਸੀਂ। ਸੋ ਇਸ ਕਰਕੇ ਟਰਾਂਸਪੋਰਟ ਬਿਨਾਂ ਕਿਸੇ ਅਗਾਊਂ ਨੀਤੀ ਦੇ ਤੁਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ? 93,000 ਟਰੱਕਾਂ ਵਾਲੇ ਵਿਹਲੇ ਹੋ ਗਏ ਜੀ। ਸਿਰ ਬਦਲੀਆਂ ਨਾਲ ਨਹੀਂ ਹੱਲ ਹੋਣਾ ਜੀ। ਜਿਹੜੇ ਇੰਸਪੈਕਟਰ ਨੂੰ ਫੜਿਆ ਇੰਦਰਜੀਤ ਜੀ ਦੇ ਨਾਂ ਹੈ, ਉਹ ਜਿਹੜੇ ਖੁਲਾਸੇ ਕੀਤੇ ਨੇ ਵੱਡੇ ਵੱਡੇ ਅਫਸਰਾਂ ਦੇ, ਉਹਨਾਂ ਨਾਂ ਕਿੱਥੇ ਨੇ? ਉਹ ਨਹੀਂ ਜਨਤਕ ਕੀਤੇ। ਅਕਾਲੀ ਦਲ ਦੇ ਕਹਿੰਦੇ ਵਿਧਾਨ ਸਭਾ ਦੇ ਵਿੱਚ ਕੈਪਟਨ ਸਾਹਿਬ ਨੇ ਕਿਹਾ 10 MLA ਦੇ ਮੈਂ ਨਾਂ ਲੈ ਦੂੰਗਾ ਜਿਹੜੇ ਸੈਂਡ ਮਾਫੀਆ 'ਚ ਨੇ, ਉਹ ਵੀ ਨਹੀਂ ਜਨਤਕ ਕੀਤੇ। ਇਹ ਸਿਉਂਕ ਜਿਹੜੀ ਹੈ ਉਹ ਜੜ੍ਹਾਂ 'ਚ ਲੱਗੀ ਹੈ, ਸਪਰੇਅ ਪੱਤਿਆਂ 'ਤੇ ਕਰੀ ਜਾਂਦੇ ਆ, ਇਹ ਛੋਟੇ ਛੋਟੇ ਜਿਹੜੇ ਸਪਲਾਇਰ ਨੇ ਉਹਨਾਂ ਨੂੰ ਫੜੀ ਜਾਂਦੇ ਆ। ਮੇਨ ਜਿਹੜੇ ਮੇਨ ਹੱਬ ਹੈ ਜਿਹੜੀ, ਉਹ ਉਹਨਾਂ ਨੂੰ ਤਾਂ ਫੜੋ ਨਾ, ਉਹਨਾਂ ਨੂੰ ਹੱਥ ਨਹੀਂ ਪਾਉਂਦੇ ਕਿਉਂਕਿ ਉਹਨਾਂ ਨਾਲ ਮਿਲੇ ਹੋਏ ਨੇ। ਤੁਹਾਡੇ ਵੱਲੋਂ ਕਿਹਾ ਗਿਆ ਵੀ ਸੁਖਬੀਰ ਬਾਦਲ ਨੇ ਕਾਂਗਰਸ ਪਾਰਟੀ ਬਣਾਉਣ ਦੇ ਵਿੱਚ ਸਹਿਯੋਗ ਰਿਹਾ, ਕਿਵੇਂ ਵੀ ਸੁਖਬੀਰ ਬਾਦਲ ਦਾ? ਮਿਲੇ ਹੋਏ ਨੇ ਆਪਸ 'ਚ ਸ਼ਰੇਆਮ ਤੁਹਾਡੇ? ਦੇਖੋ ਕੈਪਟਨ ਸਾਹਿਬ ਕਹਿ ਰਹੇ ਨੇ ਮੈਂ ਇਹਨਾਂ ਨੂੰ ਕੁਛ ਨਹੀਂ ਕਹਿੰਦਾ, ਠੀਕ ਹੈ। ਉਹਨਾਂ ਨੇ ਵੀ ਕਿਹਾ ਜਦੋਂ ਅਕਾਲੀ ਦੀ ਗੌਰਮੈਂਟ ਸੀ 2 ਮਹੀਨੇ ਪਹਿਲਾਂ, ਸਾਰੇ ਜਿਹੜੇ ਭ੍ਰਿਸ਼ਟਾਚਾਰ ਦੇ ਕੇਸ ਚੱਲਦੇ ਸੀ ਕੈਪਟਨ ਸਾਹਿਬ 'ਤੇ, ਉਹ ਵਾਪਸ ਲੈ ਲਏ, ਭਾਰਤਿੰਦਰ ਚਹਿਲ ਨੂੰ ਬਰੀ ਕਰਾ ਲਿਆ। ਸੋ ਇਹ ਆਪਸ ਦੇ ਵਿੱਚ ਨੂਰਾ ਕੁਸ਼ਤੀ ਹੈ। ਆਮ ਆਦਮੀ, ਦੇਖੋ ਸਾਡੀ ਪਾਰਟੀ ਜਿਹੜੀ ਸੈਕੂਲਰ ਪਾਰਟੀ ਹੈ ਜੀ, ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ, ਕੋਈ ਵੀ ਪਾਰਟੀ ਜਿਹੜੀ ਹੈ ਪੋਲੀਟੀਕਲ ਪਾਰਟੀ, ਕੋਈ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰੇ ਜਿਹਦੇ ਨਾਲ ਕੋਈ 2 ਫਿਰਕਿਆਂ 'ਚ ਜਾਂ ਜਿਹਦੇ ਨਾਲ ਜਿਹੜਾ ਫਿਰਕੂ ਮਾਹੌਲ ਜਿਹੜਾ ਇੱਥੇ ਪੈਦਾ ਹੋਵੇ, ਕਿਉਂਕਿ ਪੰਜਾਬ ਨੇ ਪਹਿਲੇ ਬਹੁਤ ਕਾਲੇ ਦਿਨ ਦੇਖੇ। ਨਹੀਂ ਨਹੀਂ ਅਸੀਂ ਕਿਸੇ ਨਾਲ ਨਹੀਂ, ਇਹ ਉਹਨਾਂ ਦਾ ਝੂਠਾ ਪ੍ਰਚਾਰ। ਉਹ ਇਹ ਤਾਂ ਜੀ ਉਹ ਸਰ ਇਹ ਤਾਂ ਤੁਸੀਂ ਫੇਸਬੁੱਕ 'ਤੇ ਫੋਟੋਸ਼ਾਪ ਜਿਹਦੀ ਮਰਜ਼ੀ ਲਾ ਦਿਓ ਜੀ, ਤੁਹਾਡੀ ਲਾ ਦਿੰਦੇ ਨਾਲ, ਜਿਹਦੇ ਨਾਲ ਮਰਜ਼ੀ ਹੋ ਟਰੰਪ ਨਾਲ ਲਾ ਦਿੰਦੇ, ਟਰੰਪ ਨੂੰ ਤੁਸੀਂ ਇੰਟਰਵਿਊ ਕਰ ਰਹੇ ਹੋ। ਇਹ ਤਾਂ ਫੋਟੋਸ਼ਾਪ ਹੈ। ਆਮ ਆਦਮੀ ਪਾਰਟੀ ਸੈਕੂਲਰ ਪਾਰਟੀ ਹੈ। ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹਨੇ ਜਦੋਂ ਦਿੱਲੀ ਦੇ ਵਿੱਚ ਚੋਣਾਂ ਹੋ ਰਹੀਆਂ ਸੀ ਤਾਂ ਉਹ ਜਿਹੜਾ ਫਤਵਾ ਜਾਰੀ ਕਰਤਾ ਸੀ ਜਿਹੜਾ ਸ਼ਾਹੀ ਇਮਾਮ ਨੇ,
ਕਿ ਆਮ ਆਦਮੀ ਪਾਰਟੀ ਦੇ ਹੱਕ 'ਚ ਵੋਟਾਂ ਪਾਓ, ਤਾਂ ਅਸੀਂ ਅੱਧੇ ਘੰਟੇ ਦੇ ਵਿੱਚ ਵਿੱਚ ਉਹਦਾ ਵਿਰੋਧ ਕੀਤਾ ਸੀ ਕਿ ਅਸੀਂ ਲੋਕਾਂ ਦੇ ਫਤਵੇ ਨਾਲ ਆਵਾਂਗੇ, ਧਾਰਮਿਕ ਮਸਲਿਆਂ 'ਚ ਆਮ ਆਦਮੀ ਪਾਰਟੀ ਨੇ ਨਹੀਂ। ਦੇਖੋ ਜੀ, ਆਮ ਆਦਮੀ ਪਾਰਟੀ 2 ਕਰੋੜ ਲੋਕਾਂ ਦੀ ਹਮਾਇਤ ਲੈ ਰਹੀ ਹੈ। ਅਸੀਂ ਚਾਹੁੰਦੇ ਹਾਂ ਪੰਜਾਬ ਦੀ ਤਰੱਕੀ ਹੋਵੇ। ਪੰਜਾਬ ਦੇ ਮੁੱਦੇ ਕੀ ਨੇ? ਪੰਜਾਬ ਦੇ ਮੁੱਦੇ ਬੇਰੁਜ਼ਗਾਰੀ ਹੈ, ਪੰਜਾਬ ਦੇ ਮੁੱਦੇ ਮਾਫੀਆ ਰਾਜ ਹੈ, ਪੰਜਾਬ ਦੇ ਮੁੱਦੇ ਮਹਿੰਗਾਈ ਹੈ, ਪੰਜਾਬ ਦੇ ਮੁੱਦੇ ਕਿਸਾਨਾਂ ਦੀਆਂ ਆਤਮਹੱਤਿਆ, ਪੰਜਾਬ ਦੇ ਮੁੱਦੇ ਵਪਾਰੀ ਇੱਥੋਂ ਭੱਜ ਰਹੇ ਨੇ, ਉਹਨਾਂ ਦਾ ਵਪਾਰ ਫੇਲ ਹੋ ਰਹੇ ਨੇ, ਇਹ ਪੰਜਾਬ ਦੇ ਮੁੱਦੇ ਨੇ। ਐਜੂਕੇਸ਼ਨ ਪੰਜਾਬ ਦਾ ਮੁੱਦਾ ਹੈ। ਸੋ ਸਾਡੇ ਧੀਆਂ ਪੁੱਤ ਜਿਹੜੇ ਨੇ ਆਈਲੈਟਸ ਕਰਕੇ ਬਾਹਰਲੇ ਮੁਲਕਾਂ ਨੂੰ ਜਾ ਰਹੇ ਨੇ, ਬ੍ਰੇਨ ਡਰੇਨ ਹੋ ਰਿਹਾ, ਇਹ ਆਮ ਆਦਮੀ ਪਾਰਟੀ ਇਹਨਾਂ ਮੁੱਦਿਆਂ 'ਤੇ ਕੰਮ ਕਰ ਰਹੀ ਨੇ। ਮੱਧ ਪ੍ਰਦੇਸ਼ 'ਚ ਸ਼ੁਰੂ ਕਰਾਂਗੇ ਜੁਲਾਈ 'ਚ, ਇਸੇ ਮਹੀਨੇ 'ਚ, ਅਤੇ 9 ਸਤੰਬਰ ਨੂੰ ਜਿਹੜਾ ਆਮ ਆਦਮੀ ਪਾਰਟੀ ਜਿਹੜੀ ਹੈ ਪੰਜਾਬ ਦੇ ਵਿੱਚ ਉਹ ਸੰਮੇਲਨ ਕਰੂਗੀ। ਕਿਸਾਨਾਂ ਨੂੰ ਬੁਲਾਵਾਂਗੇ, ਲੀਡਰਾਂ ਨੂੰ ਬੁਲਾਵਾਂਗੇ, ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਾਂਗੇ, ਬਹਿ ਕੇ ਕੋਈ ਏਜੰਡੇ ਬਣਾਵਾਂਗੇ ਕਿ ਕਿਉਂ ਆਤਮਹੱਤਿਆਵਾਂ ਹੋ ਰਹੀਆਂ ਨੇ, ਕਿਉਂ ਖੇਤੀ ਜਿਹੜੀ ਹੈ ਉਹ ਲਾਹੇਵੰਦ ਧੰਦਾ ਦੀ ਬਜਾਏ ਅੱਜ ਮਾਰੂ ਧੰਦਾ ਹੋ ਗਿਆ। ਹਾਂਜੀ, ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।